रंग बड़ा खतरनाक आ बई। क्या रंग दा मेन डोर दी पहचान ओरिजिनल दी मैं थोनू दस दा किथों हुंदी है। ओ बई लगन ब्रो लोहड़ी दे दिन बहुत नेड़े ने स्टैश दी आई नो थोनू सब नू वेट आ सानू भी वेट आ भी असी शॉपिंग जल्दी तो जल्दी करके लेके आईए पतंगा दी। बट उदू पहला जो थोड़े लिए एक चीज़ लेके आए जिदी बड़े टाइम तो डिमांड सी फाइटर 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 मोनोकाइट फाइटर दा मांझा सुपर परफॉर्मेंस चैंपियन आ देखो ओरिजिनल स्टैंप लगी दिख रही है अंदरों किन्ना बरीक है यार। अज आप अनबॉक्सिंग करा रिव्यू करन दा इहनू बहुत मन सी बट एक बार तुसी हवा नू देखो हवा बंद आ ते माहौल देखो कोई भी नहीं उड़ रहा क्योंकि क्यों नहीं उड़ रहा ठंड इन्नी ज़्यादा होई पई है ना बई। मतलब कि जे तुसी कहो भी एक जगह तो दूजी जगह जाते हाथ पैर सुन्न हो जाते इस टाइम पैर पूरे सुन्न होए पए आ मतलब बहुत औखे तुर रहे हैं ठीक है जी। ਤਾਂ ਕਰਕੇ ਹੁਣ ਆਪਾਂ ਇੱਕ ਵਾਰ ਤੁਹਾਨੂੰ ਨਾ ਅਨਬੋਕਸ ਕਰਕੇ ਚੈੱਕ ਕਰਾਉਂਦੇ ਹਾਂ ਅਤੇ ਇੱਕ ਸਰਪ੍ਰਾਈਜ਼ ਆ ਇਹਦੇ ਵਿੱਚ ਹੀ ਦਿੰਦੇ ਹਾਂ ਸਰਪ੍ਰਾਈਜ਼ ਤੁਹਾਨੂੰ ਬੋਕਸ ਕਰਦੇ ਹਾਂ। ਇਹ ਜਿਹੜਾ ਪਹਿਲਾਂ ਮੈਂ ਦੱਸਦਾ ਇਹ ਚਾਈਨੀਜ਼ ਨਹੀਂ ਹੈਗਾ ਰਹਿਤ ਕਾਂਚ ਰਹਿਤ ਮਾਂਝਾ ਇਹ ਤਾਂ ਲਿਖਿਆ ਹੀ ਹੁੰਦਾ ਰਹਿਤ ਸਟਾਰ ਬਣ ਜਾਇਆ ਕਰੋ ਤੁਸੀਂ ਸਾਲਾ ਕਹਿੰਦਾ ਰਹਿਤ। ਇਹਨੂੰ ਆਪਾਂ ਅਨਬੋਕਸ ਕਰਦੇ ਹਾਂ ਇਹਦੀ ਕੁਆਲਿਟੀ ਚੈੱਕ ਕਰਦੇ ਹਾਂ ਬਈ। ਇਹ ਨਾ ਮੋਨੋਕਾਈਟ ਫਾਈਟਰ ਜਿਹੜੀ ਕੰਪਨੀ ਬਣਾਉਂਦੀ ਸੀ ਚਾਈਨੀਜ਼ ਉਹੀ ਧਾਗੇ ਵਾਲਾ ਬਣਾ ਰਹੀ ਆ ਜੇ ਉਹ ਵਧੀਆ ਸੀ ਤਾਂ ਇਹ ਵੀ ਵਧੀਆ ਹੋਣਾ ਚਾਹੀਦਾ। ਇਹਨੂੰ ਆਪਾਂ ਖੋਲਦੇ ਹਾਂ ਦੇਖਦੇ ਹਾਂ ਇਹਦੇ ਵਿੱਚ ਰੰਗ ਬੜਾ ਖਤਰਨਾਕ ਆ ਬਈ। ਘੈਂਟਾ ਰੰਗ ਦਾ ਦੇਖੋ ਐਨ ਪੂਰੀ ਸਿਰੇ 'ਤੇ ਸਟੈਂਪ ਲੱਗੀ ਆ ਮੇਨ ਡੋਰ ਦੀ ਪਛਾਣ ਓਰੀਜਨਲ ਦੀ ਮੈਂ ਤੁਹਾਨੂੰ ਦੱਸਦਾ ਕਿੱਥੋਂ ਹੁੰਦੀ ਹੈ। ਜਦ ਆਹ ਚੀਜ਼ ਜਿਵੇਂ ਦੇਖੋ ਕਿੰਨੀ ਵਧੀਆ ਤਰੀਕੇ ਨਾਲ ਲਪੇਟੀ ਹੋਈ ਆ ਹੈ ਨਾ ਬਿਲਕੁਲ ਵੀ ਜਾਲੀ ਨਹੀਂ ਲੱਗ ਰਹੀ ਇੱਥੋਂ ਓਰੀਜਨਲ ਦੀ ਪਛਾਣ ਹੁੰਦੀ ਹੈ। ਇਹ ਹੈਗਾ ਧਾਗਾ ਆਹ ਦੇਖੋ ਸਾਰੇ ਆਮ ਦੇਖ ਲਓ ਲੈ ਧਾਗਾ ਵਾ ਚਾਈਨੀਜ਼ ਹੈ ਲਓ ਧਾਗਾ ਚਾਈਨੀਜ਼ ਕਦੇ ਐਂ ਖੁੱਲੂਗਾ ਨਹੀਂ ਆਹੀ ਧਾਗੇ ਵਾਲਾ ਗੱਟੂ ਆ ਇਹ ਕੋਈ ਚਾਈਨੀਜ਼ ਨਹੀਂ ਹੈਗਾ ਇਹ ਕੰਚ ਕੰਚ ਵੀ ਪੂਰਾ ਤਿੱਖਾ ਬ੍ਰੋ ਬਹੁਤ ਜ਼ਿਆਦਾ ਤਿੱਖੀ ਆ ਹੱਥ ਯਾਰ ਬਾਹਲਾ ਜੀ ਕਰਦਾ ਜਿਹਨੂੰ ਟੈਸਟ ਕਰਨ ਦਾ ਦੂਰ ਲਾ ਕੇ ਉਹਦੇ ਨਾਲ ਪੇਚਾ ਲਾ ਕੇ ਦੇਖਦੇ ਕਿਹਦੇ ਨਾਲ ਇੱਕ ਅੱਧਾ ਉੱਡਦਾ ਇੱਕ ਉੱਡਦਾ ਯਾਰ ਆਹ ਵਾਲਾ ਇੱਕ ਮਗਰੋਂ ਵੀ ਉੱਡ ਗਿਆ ਤਾਂ ਚੱਲ ਇੱਕ ਉਡਾ ਕੇ ਦੇਖਦੇ ਹਾਂ ਇਹਦੇ ਨਾਲ। ਲਓ ਬਈ ਆਪਾਂ ਇੱਕ ਕੰਮ ਕਰਦੇ ਹਾਂ ਇੱਕ ਅੱਧਾ ਉਡਾਉਂਦੇ ਹਾਂ ਕਿਉਂਕਿ ਇੱਕ ਦੋ ਇੱਧਰ ਉੱਡਦੇ ਆ ਕਿੱਧਰ ਗਿਆ ਇੱਧਰ ਉੱਡਦਾ ਸੀ ਲੈ ਗੈਪ ਹੋ ਗਿਆ ਇੱਧਰ ਦਾ ਉੱਡਦਾ ਇੱਕ ਹਾਂ ਜਿਵੇਂ ਜਿਵੇਂ ਲੋਹੜੀ ਦਾ ਮਾਹੌਲ ਨੇੜੇ ਆ ਰਿਹਾ ਵੱਧ ਉੱਡਣੇ ਚਾਹੀਦੇ ਆ ਲੱਗਦਾ ਨਹੀਂ ਇਹ ਘਟੀ ਜਾਂਦੇ ਆ ਠੰਡ ਬਾਹਲੀ ਹੋ ਗਈ ਲੋਹੜੀ ਦੀਆਂ ਤਿਆਰੀਆਂ ਦੇ ਵਲੌਗ ਆਉਣਗੇ ਹੁਣ ਇੱਕ ਦੋ ਦਿਨ ਹੋਰ ਰੁਕ ਜਾਓ ਬਸ ਆਹੋ ਲੋਹੜੀ ਦੀਆਂ ਤਿਆਰੀਆਂ ਚੱਲਦੀਆਂ ਪਈਆਂ ਨੇ ਆਹ ਕਿਹਦੀ ਆ ਪਰੀ ਜੀ ਨਿਆਣਾ ਉਡਾਉਂਦਾ ਨਾਲ ਹੈ ਨੀ ਹਵਾ ਉੱਡਣਾ ਨੀ ਕਾ ਉੱਡ ਜੂ ਮਾੜੀ ਜੀ ਚੱਲ ਪਵੇ ਨਾ ਹੈ ਨੀ ਆ ਗਈ ਮਾੜੀ ਕਹਿਣਾ ਮੈਨੂੰ ਪਤਾ ਮੈਨੂੰ ਦਿਸ ਰਿਹਾ ਇੱਕ ਜਦੀ ਆ ਗਿਆ ਪੇਚਾ ਲਾਉਣ ਉੱਤੇ ਕਰ ਧਾਗੇ ਵਾਲੀ ਆ ਟੁੱਟ ਜੂ ਫਸ ਕੇ ਢਿੱਲ ਚ ਲਏਗੀ ਵਿੱਚ ਯਾਰ ਇਹਨੂੰ ਕੋਈ ਚੁੱਪ ਕਰਾਓ ਹੈਲੋ ਹਾਂ ਹਾਂ ਕਰ ਇਹਨੂੰ ਉਹ ਤਾਂ ਉਨੇ ਜੀ ਪੈ ਗਈ ਯਾਰ ਅੱਛਾ ਉਹ ਆਪਾਂ ਡਾਏ 2001 ਉੱਧਰ ਪਰੀ ਡਾਲੀ ਕਿਸੇ ਨੇ ਨੀਲਾ ਡਾਲੇ ਇੱਕ ਉਹ ਡਾਲਿਆ ਵਾ ਹੁਣ ਹਵਾ ਦੀ ਕਮੀ ਆ ਬੰਦੇ ਤਾਂ ਆ ਗਏ ਡਾਉਣ ਵਾਲੇ ਓਏ ਯਾਰ ਹਵਾ ਨਹੀਂ ਹੈਗੀ ਜਮੀ ਨਹੀਂ ਹੈਗੀ ਹਵਾ ਪਤਾ ਹੀ ਨਹੀਂ ਚੱਲ ਰਹੀ ਕਿੱਧਰ ਲਈ ਆ ਪਰ ਇੱਕ ਅੱਧਾ ਪੇਚਾ ਬਾਹਲਾ ਲਾਉਣ ਦਾ ਜੀ ਕਰਦਾ ਇੱਕ ਵਾਰੀ ਹਵਾ 'ਚ ਲਾ ਜੇ ਖਿੱਚ ਕੇ ਦੇਖਣਾ ਵੀ ਡੋਰ ਕਿਵੇਂ ਦੀ ਆ ਫਾਈਟਰ ਦੀ ਆ ਕਿਉਂਕਿ ਫਾਈਟਰ ਬਹੁਤ ਲੱਭੇ ਤੇ ਫਿਰ ਮਿਲੀ ਆ ਸਾਨੂੰ ਇਹ
ਤਾਕੀ ਵਾਲੀ ਕਾਪਟਨ ਚ ਫਾਈਟਰ ਸੋਚੋ ਕਿੰਨੀ ਜ਼ਬਰਦਸਤ ਹੋ। ਇੱਕ ਬੰਦਾ ਕਹਿੰਦਾ ਕਹਿੰਦਾ ਮੈਨੂੰ ਇੰਨਾ ਯਕੀਨ ਕਿਵੇਂ ਹੋ ਗਿਆ। ਉਹ ਪਰੀ ਇੱਧਰ ਕਿਵੇਂ ਆ ਗਈ, ਹਵਾ ਬਦਲ ਰਹੀ ਹੈ ਮੈਨੂੰ ਲੱਗਦਾ। ਐਂ ਲੈ ਜਾ ਇੱਧਰ ਨੂੰ ਵੀ। ਓਏ ਹੋਏ ਹਵਾ ਕਿੱਧਰ ਲਈ ਆ, ਉੱਤਰ ਲਈ ਹੋ ਗਈ ਹਵਾ। ਪੈ ਜਾਣਾ ਜੀ ਵਿੱਚ ਆਪਣਾ ਜਾਣਾ ਜੀ ਨਾ। ਉਹ ਲੈ ਲਈ ਪਰੀ ਆਉਣੇ, ਆਈ ਆ ਹਵਾ ਆਈ ਆ ਮੜੀ। ਪੀਲਾ ਬਾਹਲੀ ਮਗਰੋਂ ਉੱਡਦਾ ਲੱਗਦਾ। ਉਹਦੇ ਜਵਾਕ ਨੀ ਡਾਉਣ। ਹਾਂ ਹਾਂ ਆਪਣੇ ਪਤੰਗ ਨੀ ਮੌਤ ਪੈਂਦੀ ਆ ਮੈਨੂੰ ਲੱਗਦਾ, ਬਾਕੀ ਉੱਡੀ ਜਾਂਦੇ ਹਨ। ਜਵਾਕ ਜਵਾਕ ਜੀ ਵੀ ਡਾਈ ਜਾਂਦੇ ਉਧਰੋਂ, ਪਰੀ ਡਾਲੀ ਇਧਰੋਂ ਆ ਦੋ ਉੱਡਦੇ। ਵੱਧ ਨੀ ਨਾ ਰਿਹਾ, ਲਾ ਲਾ ਹੁਣ ਲੱਗੂ ਪਰੀ ਨਾਲ ਲੱਗੂ। ਵਧਾ ਲੈਣ ਦੇ, ਖਿੱਚ ਦੇ, ਵਧਾ ਲੈਣ ਦੇ, ਨਾ ਨਾ ਲਾ ਦੇ, ਖਿੱਚ ਦੇ। ਓਏ ਬਾਈ ਦੇਖ ਲਾ ਹੁਣ ਤੂੰ ਫਿਰ ਫਾਈਟਰ ਆ, ਹੁਣ ਵੱਧ ਰਿਹਾ ਹੁਣ ਦੇਖੀ ਔਰੋ ਵੀ ਨੀ ਲਾ ਉਡੂ। ਆ ਦੇਖ ਇੱਕ ਵਾਰੀ ਵੱਜ ਹੋਵੇ ਸਾਰੇ ਖਿੱਚ ਕੇ ਲੈ ਜਾਣੇ। ਹੁਣ ਹਵਾ ਜੀ ਚੱਲੀ ਆ, ਚੱਕ ਦੇ ਚੱਕ ਦੇ ਚੱਕ ਦੇ ਦੇਖ ਲਾ ਕਿੰਨੇ ਕਿਵੇਂ ਗਿਆ ਡੋਰ ਦਾ ਬੰਬ। ਬੰਬ ਪੂਰੀ ਪੀਲਾ ਜਾਣ ਦੇ ਜਾਣ ਦੇ। ਓਹੋ ਲੈ ਗਿਆ ਉਧਰ ਹੀ ਲੈ ਗਿਆ ਖਿੱਚ ਕੇ। ਹਵਾ ਪੂਰੀ ਬੰਬ ਆ ਗਈ, ਹਵਾ ਪੂਰੀ ਬੰਬ ਚੱਲ ਗਈ। ਡਰਦੇ ਉਧਰ ਹੀ ਲੈ ਗਏ ਯਾਰ, ਡੋਰ ਵਾਲੀ ਬੰਬ ਤਿੱਖੀ ਵੀ ਪੂਰੀ ਆ ਨਾਲੇ ਹੈ ਤਾਂ ਅੱਗੇ ਵਾਲੀ ਯਾਰ ਮੇਨ। ਸੰਤਰੀ ਜਾਣਦੇ ਫਿਰ ਜਾਊ 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 ਜਾਊ। ਹਾਂ ਚੱਲ ਖਿੱਚ ਦੇ ਖਿੱਚ ਦੇਖੇ। ਓਏ ਸਾਲਾ ਹੱਥੋਂ, ਓਏ ਹੱਥੋਂ ਆ ਦੇਖ, ਹੱਥੋਂ ਟੁੱਟੀ ਆ ਆ ਦੇਖ ਧਾਗਾ। ਹਾਂ ਹੱਥੋਂ ਟੁੱਟੀ ਆ ਸਾਲੇ ਹੱਥੋਂ। ਲਓ ਬਈ ਆਪਾਂ ਇੱਕ ਹੋਰ ਉਡਾ ਲਿਆ, ਮੈਂ ਕਿਹਾ ਦੋ ਚਾਰ ਉੱਡ ਗਏ ਇੱਕ ਅੱਧਾ ਹੋਰ। ਓਏ ਆ ਗਈ ਆ ਡੋਰ, ਕਿਹਦੀ ਆ ਇਹ ਮਗਰੋਂ ਉੱਡਦਾ, ਮਗਰੋਂ ਉੱਡਦਾ ਆ ਦੇਖੋ ਉਰੀ ਡੋਰ ਜਾਰੀ ਹੈ ਇਹਦੀ। ਇੱਕ ਅੱਧਾ ਹੋਰ ਪੇਚਾ ਲਾਉਂਦੇ ਆ, ਪਿਛਲਾ ਵਾਲਾ ਤਾਂ ਆਪਣਾ ਹੱਥੋਂ ਟੁੱਟਿਆ ਯਾਰ, ਵੱਢਿਆ ਨਹੀਂ ਗਿਆ, ਤੁਹਾਨੂੰ ਦਿਖਾਇਆ ਵੀ ਆ ਵਲੌਗ 'ਚ। ਆਪਣੇ ਮਗਰੋਂ ਸਬਸਕ੍ਰਾਈਬਰ ਹੀ ਉਡਾਉਂਦੇ ਸੀਗੇ, ਜੇ ਤੁਸੀਂ ਵਲੌਗ ਦੇਖ ਰਹੇ ਹੋ ਤਾਂ ਜ਼ਰੂਰ ਦੇਖਿਓ। ਆ ਖਿੱਚ ਪਰੀ ਜੀ, ਉਹ ਸਾਰ ਚਲਾ ਕੇ ਦੇਖਦੇ ਹਾਂ ਇਹ ਪੇਚਾ, ਸਾਰ ਚਲਾ ਕੇ ਦੇਖਦੇ ਹਾਂ ਦੇ ਦੇ ਉੱਪਰਲੇ ਤੇ ਦਈ। ਉਹ ਮਗਰ ਹੀ ਲੈ ਗਿਆ ਪਤੰਦਰ ਆ ਪਰੀ ਖਿੱਚ ਪਹਿਲਾਂ। ਓ ਯਾਰ ਬਾਈ ਜਾ ਤਾਂ ਇਹਨੂੰ ਡਾਲ ਆ, ਤੂੰ ਖਿੱਚ ਦੇ ਯਾਰ, ਖਿੱਚ ਦੇ ਨੇ ਦੁਖੀ ਕਰ ਲੈਣਾ। ਹਾਂ ਵੀ ਖਿੱਚ ਦੇ ਖਿੱਚ ਦੇ। ਓਏ ਸਾਰਾ ਪਤੰਗ ਲਾ ਦੇ ਉਹ ਆ ਗਿਆ, ਉਹ ਉੱਤੇ ਆ ਗਿਆ ਉਹਦੀ ਸਾਰ ਤੇ ਰੱਖੀ ਯਾਰ, ਉੱਤੇ ਵਾਲੇ ਤੇ ਸਾਰ ਰੱਖੀ ਮੜੀ ਢਿੱਲੀ ਜੀ ਕਹਿ ਰਿਹਾ ਕਰੋ ਵੀ ਅਸੀਂ ਐਨ ਸੈਂਸਿਟਿਵ ਹੁੰਦੇ ਆ ਠੰਡ ਬਹੁਤ ਲੱਗਣ ਲੱਗਣ ਬਰੋ ਬੜੀ ਟੱਚ ਵੀ ਨੀ ਹੋਈ ਹੋਰ ਚਲ ਉਹਦੇ ਤੇ ਧਰ ਹੁਣ
जोर लगे होया गली च पतंगा सार दे के देख ओए अपना की है सार वाली नहीं फिर दुखी कर लिया बा गई आड़ी तेरी पतंगी ए कहंदा इहदा वड्डना ओए आ की आ हुण फस गया झंडे च ले जिहदा तू वड्डना सी ओहदा तां फस गया डालिया मगर इको भी उड़दा काला यार हुण चंगी तरह ला लैणे मंजूर किन्ना क दूर लाउणा ये बोले आ ना बिच भी बहुत हो गया दिख मेतों तां उड़दा ही नहीं बाली ज्यादा ठंड आ लोहड़ी दे पता नहीं लोहड़ी ते नहीं ना लगदी ठंड कदे लगी हुई नहीं ठंड ले भाई हुण तां लगू यार मनवीर इन्ना टाइम ना ला ला दे खिच दे खिच ओए थोड़ा उधर कर थोड़ा उधर कर हाँ ले नहीं लगिया लवे ओरे हुण भजदा हुण भजदा हुण क्यों भजदा गे ओ गलत आ चट्टी मार ला ओ खिच गलत लई आ की ओ ना वेगा ना जोर लगिया वे जल्दी ही थोड़ी डिमांड ते लोहड़ी दी तैयारियां दे व्लॉग लेके आवांगे मैनू पता जिवें सानू बेसब्री नाल इंतजार है लोहड़ी दा थोनू भी ओदां ही बेसब्री नाल लोहड़ी दा इंतजार होवेगा ਤਿਆਰੀਆਂ ਵੀ ਸਾਡਾ ਕੀ ਮਾਹੌਲ ਚੱਲ ਰਿਹਾ ਲੋਹੜੀ ਦਾ ਹਨਾ ਉਹ ਸਾਰਾ ਤੁਸੀਂ ਦੇਖਣਾ ਚਾਹੁੰਦੇ ਹੋਵੋਗੇ ਤੂੰ ਬਸ ਕਰ ਰੀਲ ਪਾਈ ਆ ਤੇ ਇਹ ਵਲੌਗ ਆਪਣਾ ਇੱਕ ਦੋ ਦਿਨ ਤੱਕ ਆਪਾਂ ਤਿਆਰੀਆਂ ਸ਼ੁਰੂ ਕਰ ਦਾਂਗੇ ਥੋੜੇ ਜਿਹੇ ਦਫ਼ਤਰ ਦੇ ਕੰਮਾਂ ਕਾਰਾਂ 'ਚ ਉਲਝੇ ਹੋਏ ਆ ਜੀ ਉਹਦੇ ਕਰਕੇ ਵੇਲ ਨਹੀਂ ਮਿਲ ਪਾ ਰਹੀ ਪਤੰਗਾਂ ਦੀ ਸ਼ੋਪਿੰਗ ਕਰਨ ਜਾਵਾਂਗੇ ਉਹਦਾ ਵੀ ਵਲੌਗ ਕੀ ਲੈ ਕੇ ਆਏ ਆ ਸਾਰੇ ਵਲੌਗ ਤੁਹਾਨੂੰ ਏ ਟੂ ਜ਼ੈਡ ਆਉਣਗੇ ਜੇ ਤੁਸੀਂ ਉਹ ਵਲੌਗ ਦੇਖਣਾ ਚਾਹੁੰਦੇ ਹੋ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਕਰਨਾ ਪੈਣਾ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਆ ਉੱਥੇ ਤੁਸੀਂ ਚੈਨਲ ਡਿਸਕ੍ਰਿਪਸ਼ਨ ਕਹੀ ਜਾਂਦਾ ਯਾਰ ਉੱਥੇ ਰੈੱਡ ਰੰਗ ਦਾ ਸਬਸਕ੍ਰਾਈਬ ਬਟਨ ਉਹਨੂੰ ਦੱਬੋ ਨਾਲ ਘੰਟੀ ਦਬਾ ਦਿਓ ਮਿਲਦੇ ਆਪਾਂ ਅਗਲੇ ਵਲੌਗ 'ਚ ਠੀਕ ਹੈ ਜੀ।